ਗੱਲਾਂ ਬਾਤਾਂ। ਅੱਛਾ ਜੱਗੀ ਵੀਰ, ਇਕੱਠਾ ਗਰੁੱਪ ਆ ਵੀਰੋ, ਤੇ ਸਾਰੇ ਬਲਦ ਇਕੱਠੇ। ਵਾਹ ਵਾਹ ਜੀ, ਵਾਹ ਜੀ ਵਾਹ। ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ, ਇਹਦੇ ਨਾਲ ਹੀ ਫਿਰ ਗੱਲਬਾਤ ਕਰ ਲਈਏ ਆਪਾਂ ਪਹਿਲਾਂ। ਇਹਨਾਂ ਕੋਲ ਇਹ ਸੋਨੇ ਵੀਰ ਕਿਹੜਾ ਬੋਲਦਾ? ਇਹ ਬੱਚਾ ਜੀ ਪਾਲਿਆ ਸੀ ਘਰ ਦਾ। ਅੱਛਾ, ਇੰਦੂ ਨੇ, ਇੰਦੂ ਕੋਲ ਸੀਗਾ। ਅੱਛਾ ਹਾਂਜੀ, ਇਹ ਫਿਰ ਕਾਫੀ ਇਹਨੇ ਖੀਰਿਆਂ ਚ ਜਿੱਤਿਆ। ਅੱਛਾ, ਤੇ ਫਿਰ ਆਪਣੇ ਇਹ ਜੱਗੀ ਕੋਲ ਚਲ ਗਿਆ ਸੀਗਾ ਭਾਮੀਆਂ। ਹਾਂਜੀ, ਤੁਹਾਡਾ ਇਕੱਠਾ ਹੀ ਗਰੁੱਪ ਬਦਲ ਬਦਲ ਹੁੰਦੇ ਰਹਿੰਦੇ ਆ? ਹਾਂਜੀ ਹਾਂਜੀ। ਅੱਛਾ, ਇਹਦਾ ਸੀਗਾ ਆਪਣੇ ਇੱਥੇ ਹੈ ਰਾਘਵੇ ਪਹਿਲਾ ਨੰਬਰ ਸੀਗਾ ਇਹਦਾ। ਅੱਛਾ, ਤੇ ਘਨੌਰੀ ਸੀਗਾ ਦੂਆ ਨੰਬਰ ਇਹਦਾ। ਹਾਂਜੀ, ਚੱਲੀਆਂ ਤੀਜਾ, ਚੱਲੀਆਂ ਤੀਜਾ ਸੀਗਾ। ਅੱਛਾ ਹਾਂਜੀ, ਧਨੌਰੀ। ਹਾਂਜੀ, ਧਨੌਰੀ ਦੂਆ ਸੀਗਾ। ਅੱਛਾ ਹਾਂਜੀ, ਯਾਨੀ ਪੂਰੀਆਂ ਜਿੱਤਾਂ ਪ੍ਰਾਪਤ ਕਰਦਾ। ਹਾਂਜੀ, ਅਗਲੇ ਸਾਲ ਪੂਰਾ ਤਿਆਰ ਹੋ ਕੇ ਆਊਗਾ। ਹਾਂਜੀ, ਤਿਆਰ ਹੈ, ਐਤਕੀ ਵੀ ਤਿਆਰ ਆ। ਅੱਛਾ, ਵੱਡਿਆਂ ਚ ਜੋੜ ਆ। ਅੱਛਾ ਹਾਂਜੀ, ਵਧੀਆ। ਤੁਸੀਂ ਕਹਿੰਦੇ 11000 ਇਹ ਦਿੱਤੇ ਜੋ ਸ਼ੈਫਟ ਦਾ, 11000 ਸ਼ਾਮਸਪੁਰ ਸ਼ਾਮਸਪੁਰ ਜਿਹੜੀ ਹੁਣੇ ਹਾਂਜੀ ਆਪਣੇ ਇਟਲੀ ਵਾਲਿਆਂ ਨੇ ਕਰਾਈ ਆ। ਹਾਂਜੀ ਹਾਂਜੀ, ਲਾਲੇ ਹਵਾਰੇ ਉਹਨਾਂ ਨੇ। ਹਾਂਜੀ ਠੀਕ ਠੀਕ, ਉੱਥੇ ਫਿਰ 11000। ਹਾਂਜੀ, ਇਹਦੇ ਬਾਜੀ ਮਾਰੀ ਆ। ਹਾਂਜੀ, ਸੋ ਇਹ ਜਿਹੜਾ ਫਿਰ ਪਿੱਛੇ ਬੱਚਾ ਖੜਾ ਇਹ ਸ਼ਾਮਸਪੁਰ ਦਾ ਹੀ ਦਿੱਤਾ ਹੋਇਆ। ਹਾਂਜੀ ਹਾਂਜੀ, ਇਹਦਾ ਚੌਥਾ ਨੰਬਰ ਸੀਗਾ ਉੱਥੇ। ਅੱਛਾ, ਇਹ ਸਾਰੇ ਸ਼ਾਮਸਪੁਰੋਂ ਹੀ ਜਿੱਤੇ ਹੋਏ ਆ? ਹਾਂਜੀ, ਨਵੇਂ ਝੁੱਲ। ਵਾਹ ਜੀ ਵਾਹ, ਇਹਦਾ। ਹਾਂਜੀ, ਇਹਦਾ ਉੱਥੇ ਤੀਆ ਚੌਥਾ ਨੰਬਰ ਸੀਗਾ ਸ਼ਾਮ, ਚੌਥਾ ਪੰਜਵਾਂ ਚੌਥਾ ਨੰਬਰ ਸ਼ਾਮ, ਜਿਹੜੀ 20 ਕੁ ਦਿਨ ਹੋਇਆ ਖੇਡ ਹੋਈ। ਹਾਂਜੀ ਹਾਂਜੀ। ਅੱਛਾ, ਹੋਰ ਵੀ ਕਿਤੇ ਜਿੱਤੇ ਆ? ਹਾਂਜੀ, ਇਹ ਕਾਫੀ ਜਿੱਤੇ ਆ ਇੱਥੇ, ਆਪਣੇ ਜਟਾਣੇ ਸੀਗਾ, ਜਟਾਣੇ ਜਟਾਣੇ। ਹਾਂਜੀ, ਇਹ ਖੀਰਾ ਬੱਚਾ ਲਿਆ ਸੀਗਾ ਆਪਾਂ। ਅੱਛਾ ਹਾਂਜੀ, ਇਹ ਜਟਾਣੇ ਕਿਵੇਂ ਕਿੰਨਾ ਪਹਿਲਾ ਨੰਬਰ ਪ੍ਰਾਪਤ ਕੀਤਾ? ਪਹਿਲਾ ਨੰਬਰ ਕੀਤਾ ਜੀ ਉਹ ਬਲਾਜ ਨਾਲ, ਖੀਰਨੀ ਵਾਲੇ ਨਾਲ। ਖੀਰਨੀ ਵਾਲੇ ਬਲਾਜ ਨਾਲ? ਹਾਂਜੀ। ਕਿੱਦਾਂ ਉਹ ਬਹੁਤ ਚਰਚਾ ਹੋਈ ਸੀ ਖੇਡ ਦੀ, ਵੱਡਾ ਫਾਸਲਾ ਸੀ? ਹਾਂਜੀ, ਕਾਫੀ ਸੀ, ਸਵਾ ਇੱਕ ਸਕਿੰਟ 13 ਪੁਆਇੰਟ ਦਾ ਸੀਗਾ। ਦੂਜੇ ਨੰਬਰ ਨੂੰ ਇੱਕ ਸਕਿੰਟ 13 ਪੁਆਇੰਟ ਤੇ ਜਿੱਤੇ ਆ। ਹਾਂਜੀ ਹਾਂਜੀ, ਫਿਰ ਰਿਕਾਰਡ ਤੋੜ ਜਿੱਤਾ। ਹਾਂਜੀ, ਫਿਰ ਕਿਹੜੇ ਸਾਲ ਦੀ ਗੱਲ ਆ ਇਹ? 18 ਦੀ ਆ। ਹਾਂਜੀ, 19 ਦੀ। ਆ ਜਾਓ ਜੱਸਾ ਵੀਰ, ਆਓ ਤੁਸੀਂ ਆ ਜਾਓ। ਇਹ ਵੀ ਜੱਸਾ ਵਾ, ਕਿਉਂਕਿ ਸਾਰੇ ਹੀ ਇਹਨਾਂ ਦਾ ਇਕੱਠਾ ਗਰੁੱਪ ਆ, ਇਹਨਾਂ ਦਾ ਭਰਾ ਇਟਲੀ ਚ ਵੱਸਦਾ। ਫਿਰ ਵੱਡਿਆਂ ਚ ਵੀ ਜੋੜਦੇ ਰਹੇ ਅਸੀਂ ਇਹਨੂੰ। ਅੱਛਾ ਹਾਂਜੀ, ਦੂਆ ਦੂਈ ਪੋਜੀਸ਼ਨ ਚ ਰਹਿੰਦਾ ਰਿਹਾ, ਦੂਜੀ ਤੀਜੀ ਜਾਣੀ ਨੇੜੇ ਰਹਿੰਦਾ। ਹਾਂਜੀ ਹਾਂਜੀ, ਬੱਚਿਆਂ ਚ ਵੀ ਕਾਫੀ ਪਹਿਲੇ ਕੀਤੇ ਨੇ। ਚਲੋ, ਸੋ ਇਹ ਸੀ। ਤੇ ਇੱਧਰ ਵੀਰ ਹੁਣ ਸੁਣੇ, ਆ ਜਾਓ ਇੱਧਰ ਹੀ, ਤੁਹਾਡੇ ਕੋਲ ਸਪੀਕਰ ਲੱਗਿਆ। ਇਹ ਸੋਨੇ ਵੀਰ ਜਿਹੜਾ ਵੀਰ ਜੱਗੀ ਕੋਲੇ ਫੜਿਆ ਹੋਇਆ, ਇਹ ਕਿਹੜਾ ਬੱਚਾ ਵਾ? ਇਹ ਬੱਚਾ ਅਸੀਂ ਸਿਆਲੇ ਤੋਂ ਲਿਆ ਸੀਗਾ। ਅੱਛਾ ਹਾਂਜੀ, ਇਹ ਥੋੜਾ ਬੈਲੀ ਲੱਗਦਾ? ਨਹੀਂ, ਉਦਾਂ ਹੀ ਆ, ਥੋੜਾ ਗਰਮ ਜਿਹਾ ਰਿਆ, ਉਦਾਂ ਠੀਕ ਆ, ਸਾਊ ਆ ਨਾ ਬੰਦੇ ਦਾ। ਤੁਸੀਂ ਤਿੰਨੇ ਹੀ ਸਾਊ ਆ, ਥੋੜਾ ਜੱਗੀ ਹੋਈ ਅੰਤ ਕਰਨ ਵਾਲਾ ਵਾ? ਨਹੀਂ, ਸਾਊ ਆ, ਉਦਾਂ ਨੀ, ਉਦਾਂ ਹੀ ਥੋੜਾ ਜਿਹਾ ਕਰਦਾ ਬੰਦੇ ਇਕੱਠ ਕਰਕੇ। ਅੱਛਾ, ਇਹ ਕਿਹੋ ਜਿਹਾ ਬੱਚਾ? ਹਾਂਜੀ, ਵਧੀਆ, ਇਹਨੇ ਕਾਫੀ ਨਾਂ ਸਾਡਾ ਬਣਾਇਆ ਬੱਚੇ ਨੇ ਇਹਨੇ। ਹਾਂਜੀ, ਅੱਛਾ, ਇਹਦੇ ਬੱਚਿਆਂ ਚ ਕਾਫੀ ਜਿੱਤਿਆ ਇਹ। ਬੱਚਿਆਂ ਜੀ ਕਰਦੇ ਬੋਲਦਾ ਜੀ, ਫਿਰ ਤੁਸੀਂ ਕੀ ਗੱਲ ਹੋ ਜਾਂਦੀ? ਨਹੀਂ ਬੋਲਦਾ ਜੀ, ਇਹਦਾ ਪਹਿਲਾ ਨੰਬਰ ਸੀਗਾ ਸਾਰੀ, ਖੀਰਾ ਬੱਚਾ ਸੀਗਾ, ਸਾਰੀ। ਹਾਂਜੀ, ਅੱਛਾ, ਜਾਂਗ ਪਰ ਬੋਲਦਾ ਜੀ। ਆਜੋ ਬਾਪੂ ਜੀ, ਜਾਂਗ ਪਰ ਦੂਆ ਨੰਬਰ ਸੀ ਇਹਦਾ, ਖੀਰੇ ਦਾ ਬੋਲਦਾ ਜੀ, ਜਾਂਗ ਪਰ ਭਜਾਈ ਸੀ। ਅੱਛਾ, ਉੱਥੇ ਦੂਜਾ ਨੰਬਰ ਹੀ 9 ਪੁਆਇੰਟ ਬੁੱਗੇ ਨੂੰ ਹਾਰਿਆ ਸੀ ਇਹ ਬੱਚਾ, ਪਹਿਲੇ ਨੰਬਰ ਨੂੰ। ਅੱਛਾ ਅੱਛਾ, ਚੱਲੀਆਂ ਨੇ ਪਹਿਲਾ ਬੱਚਾ ਜੀ ਕੀਤਾ ਜੀ, ਪਹਿਲਾ ਬੱਚਾ। ਯਾਨੀ ਬੱਚੇ ਬੋਲਦਾ ਦੋਨਾਂ ਜੀ, ਖੀਰੇ ਤੁਸੀਂ ਵੱਡਿਆਂ ਚ ਵੀ ਲੈ ਜਾਂਦੇ ਆ, ਫਿਰ ਉੱਥੇ ਦੇਖਦੇ ਨੀ ਵੱਡੇ ਵੱਡੇ ਮੱਲ ਆ? ਸਾਨੂੰ ਕੋਈ ਫਰਕ ਨਹੀਂ ਜੀ, ਭੱਜਣ ਦਾ ਬਰਾਬਰ ਆ ਸਾਰੇ ਨੂੰ। ਨਹੀਂ, ਬੱਚੇ ਤੇ ਉਹਦਾ ਤਾਂ ਫਰਕ ਰਹਿੰਦਾ, ਹੁਣ ਬਟਨਾ ਕਿੱਡੀ, ਇਸ ਬਟਨਾ ਸਾਹਿਬ ਦੀਆਂ ਨੇ। ਅੱਛਾ, ਘਲੋਟੀ ਸੀਗਾ ਪਹਿਲਾ ਨੰਬਰ ਇਹਦਾ ਬੱਚਿਆਂ ਚ, ਬੱਚਿਆਂ ਚ ਮਾਨਕੀ ਸੀ ਪਹਿਲਾ ਨੰਬਰ, ਪਹਿਲੇ ਕਰਦੇ। ਹਾਂਜੀ, ਹੁਣ ਇਹ ਦੁੱਗਾ ਕਿ ਚੌਗਾ ਹੋ ਗਿਆ? ਹੁਣ ਚੌਗਾ, ਚੌਗਾ ਹੁਣ ਹੋਇਆ। ਹਾਂਜੀ, ਤਿਆਰ ਆ ਅਗਲੇ ਸਾਲ ਲਈ? ਹਾਂਜੀ, ਤਿਆਰ ਆ ਪੂਰਾ ਜੀ। ਹਾਂਜੀ, ਪੂਰਾ ਤਿਆਰ ਆ। ਹੁਣ ਹੁਣ ਖੁਰਾਕ ਜਿਵੇਂ ਖੇਡਾਂ ਬੰਦ ਹੋਈਆਂ ਹੋਈਆਂ, ਖੁਰਾਕ ਕੁਛ ਬਦਲੀ ਹੈ? ਨਹੀਂ, ਖੁਰਾਕ ਹੁਣ ਥੋੜਾ ਮੌਸਮ ਦੇ ਹਿਸਾਬ ਨਾਲ ਬਦਲੀ ਹੈ ਜੀ। ਅੱਛਾ ਹਾਂਜੀ, ਇੰਗਲੈਂਡ ਤੇ ਇਟਲੀ ਚੋਂ ਆ ਰਹੀ ਹੈ ਕਿ ਇੱਥੇ ਦੇਸੀ ਵੀ ਪਾ ਲੈਂਦੇ ਆ? ਨਹੀਂ, ਅਸੀਂ ਦੇਸੀ ਜ਼ਿਆਦਾ ਚੱਲਦੇ ਹੀ, ਦੇਸੀ ਹੋਈ ਆ। ਹਾਂਜੀ, ਅੱਛਾ ਹਾਂਜੀ, ਉਹਦਾ ਉਹਨਾਂ ਦੀ ਥੋੜਾ ਸਲਾਹ ਦਿੰਦੇ ਹੁੰਦੇ ਆ, ਤੁਸੀਂ ਆਉਣਾ ਇੱਦਾਂ ਕਰ ਲਓ, ਇੱਦਾਂ ਕਰ ਲਓ। ਉਹ ਕਾਫੀ ਹਿੰਦੂ ਵੀ ਗੱਲਾਂ ਦੱਸਦਾ ਸੀ ਵੀ ਗੁਰਜੀਤ ਬਾਈ ਨੂੰ ਤਾਂ ਬਹੁਤ ਪਤਾ। ਹਾਂਜੀ ਹਾਂਜੀ, ਬਈ ਭੱਜੇ ਜਾਂਦੇ ਦੀਆਂ ਬਈ ਸ਼ਾਲਾ ਕੀ ਹਿਸਾਬ ਕਿਤਾਬ ਆ। ਹਾਂਜੀ ਹਾਂਜੀ, ਉਹ ਮਹੀਨਾ ਪਹਿਲਾਂ ਦੱਸ ਦਿੰਦਾ ਮੌਸਮ ਚੇਂਜ ਹੋਣਾ ਆ, ਹੁਣ ਤੁਸੀਂ ਆਹ ਸ਼ੁਰੂ ਕਰ ਦਿਓ ਬੋਲ ਦਾ। ਅੱਛਾ ਹਾਂਜੀ, ਸਾਨੂੰ ਇਹਦਾ ਇੱਕ ਮਹੀਨਾ ਬਹੁਤ ਜੋੜੋ, ਵਧੀਆ ਭੱਜ ਰਿਹਾ ਜਾਂ ਪਿੱਛੇ ਨੰਬਰ ਕਰ ਰਿਹਾ ਉਹ ਜੋੜ ਲਓ ਜਿੱਤੇ ਗਏ। ਤਜਰਬਾ ਹੋਇਆ ਹੋਇਆ, ਇਹ ਜ਼ਰੂਰੀ ਨਹੀਂ ਵੀ ਪਹਿਲੇ ਨੂੰ ਪਹਿਲੇ ਹੀ ਜੋੜਨਾ, ਪਿੱਛੇ ਕੱਢ ਕੇ ਵੀ ਜਾਣੀ ਮੂਹਰੇ ਲਿਆਉਂਦੇ ਹੋ ਤੁਸੀਂ। ਹਾਂਜੀ ਹਾਂਜੀ, ਐ ਹੋਇਆ ਕਿਤੇ? ਬਹੁਤ ਵਾਰ ਹੋਇਆ, ਬਹੁਤ ਵਾਰ ਹੋਇਆ। ਅੱਛਾ, ਤੁਹਾਡੇ ਉੱਥੇ ਖੇਡਦੀ ਇਹ, ਤੁਹਾਡੇ ਪਿੰਡ ਗੁਜਰਵਾਲੀ? ਅੱਛਾ, ਇਹ
पूरे मैदान च तैयार है बच्चे? हां जी वधिया, अगले साल लई हां जी तैयार है। ਸੱਟ ਸਫਾਈਆਂ ਪੂਰੇ? ਹਾਂਜੀ ਹਾਂਜੀ ਵਧੀਆ ਚੱਲਦਾ, ਹੁਣ ਥੋੜਾ ਲੋਕਡਾਊਨ ਕਰਕੇ ਹੋ ਗਿਆ ਸੀ ਬੱਚੇ, ਯਾਨੀ ਪੂਰਾ ਹੁਣ ਤੁਸੀਂ ਸੱਟ ਸਫਾਈ ਹੋ। ਹਾਂ ਸੋ ਇਹ ਸੀ ਸੋਨਾ ਗਰਚਾ, ਜੱਗੀ ਭਾਮੀਆਂ, ਜੱਸਾ ਵਿਦੇਸ਼ਾ, ਇਹਨਾਂ ਦੇ ਵਿੱਚ ਇੰਦੂ ਮੇਘੋਵਾਲ ਵੀ ਜੋ ਗੜਬਾਨ ਆ ਬਲਦ ਵੀ ਭਜਾਉਂਦਾ ਉਹ, ਇਹ ਸਾਰੇ ਚਾਰੇ ਭਰਾਵਾਂ ਦੇ ਵੀਰੋ ਸਾਂਝੇ ਬਲਦ 2015 ਤੋਂ ਚੱਲਦੇ ਆਉਂਦੇ ਆ। ਕੁਲਵਿੰਦਰ ਆ ਜੱਸੇ ਦਾ ਭਰਾ, ਕੁਲਵਿੰਦਰ ਵੀਰ ਇਟਲੀ ਚ ਆ, ਜੱਸੇ ਦਾ ਭਰਾ ਵਾ ਵਿਦੇਸ਼ਾਂ ਵਾਲੇ ਦਾ ਜਿਹੜਾ ਇਟਲੀ ਚ ਵਾ। ਤੁਹਾਡਾ ਭਰਾ ਗੁਰਜੀਤ ਉਹ ਸਕਾਟਲੈਂਡ, ਸਕਾਟਲੈਂਡ ਜੱਗੀ ਵੀਰ ਦਾ ਭਰਾ ਉਹ ਪਿੰਡ ਆ ਜੀ, ਕੀ ਨਾਂ ਆ ਵੀਰ ਦਾ? ਸੋਨੂ ਕਹਿੰਦੇ ਇਸ ਦੇ ਅੰਦਰ, ਸੋਨੂ ਤੇ ਨਾਲ ਆਪਣੇ ਇਹ ਮੁੰਡਾ ਖੜਾ ਵਾ, ਇਹਦਾ ਬੀਕੇ ਆ ਜੀ, ਬੀਕੇ ਆ ਬੀਕੇ, ਹਾਂਜੀ ਅੰਗਰੇਜ਼ੀ ਨਾਂ ਆ। ਬਾਪੂ ਜੀ ਹੋਣੀ, ਬਾਪੂ ਜੀ ਉਹਨਾਂ ਦਾ? ਹਾਂਜੀ ਇਹ ਸਾਡਾ ਪਿੰਡ ਹੀ ਆ, ਗਰਚਾ ਗਰਚੇ ਤੋਂ। ਹਾਂਜੀ ਕਾਫੀ ਸਾਲ ਤੋਂ ਜਦੋਂ ਦੇ ਅਸੀਂ ਲੱਗੇ ਹਾਂ ਸਾਡੇ ਨਾਲ ਹੀ ਆ, ਤੁਹਾਡੇ ਨਾਲ ਹੀ ਆ। ਸੋ ਇਹ ਗੱਲਾਂ ਬਾਤਾਂ ਆਪਾਂ ਅੱਜ ਗਰਚਾ ਪਰਿਵਾਰ ਨਾਲ ਕੀਤੀਆਂ, ਕਿਹੋ ਜੀ ਸਾਡੀ ਇਹ ਮੂਵੀ ਲੱਗੀ ਆ। ਜਿਨ੍ਹਾਂ ਨੇ ਸਾਡਾ ਮਾਲਵਾ ਟੀ ਵੀ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਅੱਜ ਗਰਚਾ ਪਰਿਵਾਰ ਨਾਲ ਸਾਡੀ ਮੁਲਾਕਾਤ ਕਿਸ ਤਰ੍ਹਾਂ ਲੱਗੀ ਆ। ਮੇਰੇ ਵੱਲੋਂ ਜਾਣੀ ਤੁਹਾਡਾ ਛੋਟਾ ਵੀਰ ਵਿੱਕੀ ਗਰੇਵਾਲ ਗੁੱਜਰਵਾਲ, ਕੈਮਰਾਮੈਨ ਸਤਨਾਮ ਅਤੇ ਸਾਡੀ ਮਾਲਵਾ ਪੂਰੀ ਟੀਮ ਵੱਲੋਂ ਤੁਹਾਡਾ ਸਭ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਨੂੰ।